ਆਜ਼ਾਦੀ ਦਾ ਅੰਮ੍ਰਿਤ ਮਹੋਸਤਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮਾਨਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਪੂਨਾ ਸਾਰਜਨਿਕ ਸਭਾ ਦੀ ਸਥਾਪਨਾ ਅਤੇ ਕ੍ਰਿਪਸ ਪ੍ਰਸਤਾਵ ਨੂੰ ਰੱਦ ਕਰਨ ਬਾਰੇ ਜਾਣਕਾਰੀ ਦੇ ਰਹੇ ਹਾਂ साल 1870 ਵਿੱਚ ਅੱਜ ਦੇ ਦਿਨ ਯਾਨੀ 2 April ਨੂੰ ਪੂਨਾ ਸਵਰਜਨਿਕ ਸਭਾ ਦੀ ਸਥਾਪਨਾ ਕੀਤੀ ਗਈ ਸੀ ਪੂਨਾ ਸਵਰਜਨਿਕ ਸਭਾ ਇੱਕ ਸਮਾਜਿਕ ਸਿਆਸੀ ਸੰਗਠਨ ਸੀ ਜਿਸ ਦਾ ਮੰਤਵ ਸਰਕਾਰ ਅਤੇ ਲੋਕਾਂ ਵਿਚਾਲੇ ਸੰਸਥਾ ਦੇ ਰੂਪ ਵਿੱਚ ਕੰਮ ਕਰਨਾ ਅਤੇ ਭਾਰਤੀਆਂ ਨੂੰ ਉਹਨਾਂ ਦੇ ਵਿਧਾਨਕ ਅਧਿਕਾਰਾਂ ਤੋਂ ਜਾਣੂ ਕਰਵਾਉਣਾ ਸੀ ਮਹਾਦੇਵ ਗੋਬਿੰਦ ਰਾਣਾਡੇ पमन राव श्रीनिवास राव पंत प्रतिनिधि गणेश वासुदेव जोशी ਅਤੇ ਐਸ ਐਚ ਚਿਪੁਲ ਲੰਕਰ ਨੇ 1860 ਵਿੱਚ ਇਸ ਦਾ ਗਠਨ ਕੀਤਾ ਸੀ ਇਸ ਸਭਾ ਦੇ ਹੋਰ ਅਹਿਮ ਮੈਂਬਰਾਂ ਵਿੱਚ ਐਮ ਐਮ ਕੁੰਟੇ ਵਿਸ਼ਨੂ ਐਮ ਪਿਡੇ ਬਾਲ ਗੰਗਾਦਰ ਤਿਲਕ ਅਤੇ ਗੋਪਾਲ ਹਰੀ ਦੇਸ਼ਮukh ਸ਼ਾਮਲ ਸਨ ਸਵਾਰਜਨਿਕ ਸਭਾ ਇੱਕ ਅਜਿਹਾ ਸੰਗਠਨ ਸੀ ਜੋ ਖੇਤਰ ਦੇ ਲੋਕਾਂ ਦੀ ਅਗਵਾਈ ਕਰਦਾ ਸੀ ਇਸ ਲਈ ਇਸ ਦੇ ਪਹਿਲੇ 95 ਮੈਂਬਰ 6000 ਲੋਕਾਂ ਵਿੱਚੋਂ ਚੁਣੇ ਗਏ ਸਨ ਇਹ ਮੈਂਬਰ ਜ਼ਿਆਦਾਤਰ ਸਮਾਜ ਦੇ ਪੜ੍ਹੇ ਲਿਖੇ ਮੱਧ ਵਰਗ ਦੇ ਸਨ ਜਿਨ੍ਹਾਂ ਵਿੱਚ ਵਕੀਲ ਅਧਿਆਪਕ ਪੱਤਰਕਾਰ ਅਤੇ ਨਿਆਤ ਸਿੱਖਿਆ ਵਿਭਾਗਾ ਦੇ ਸਰਕਾਰੀ ਕਰਮਚਾਰੀ ਸ਼ਾਮਲ ਸਨ ਜ਼ਿਆਦਾਤਰ ਮੈਂਬਰਾਂ ਦੇ ਉੱਚ ਮੱਧ ਵਰਗ ਤੋਂ ਹੋਣ ਦੇ ਬਾਵਜੂਦ ਸਭਾ ਦੀ ਮੈਂਬਰਸ਼ਿਪ ਸਾਰੀਆਂ ਜਾਤੀਆਂ ਅਤੇ ਵਰਗਾਂ ਦੇ ਲੋਕਾਂ ਲਈ ਖੁੱਲੀ ਹੋਈ ਸੀ। ਸਵਾਰਜਨਿਕ ਸਭਾ ਦਾ ਮੰਤਵ ਸਰਕਾਰ ਅਤੇ ਲੋਕਾਂ ਵਿਚਾਲੇ ਇੱਕ ਸੰਪਰਕ ਸੂਤਰ ਦੇ ਰੂਪ ਵਿੱਚ ਕੰਮ ਕਰਨਾ ਸੀ। ਇਸ ਸੰਗਠਨ ਨੇ ਭਾਸ਼ਣ ਅਤੇ ਯਾਤਰਾਵਾਂ ਤੇ ਬੈਠਕਾਂ ਦਾ ਆਯੋਜਨ ਕੀਤਾ ਅਤੇ ਲੋਕਾਂ ਵਿੱਚ ਰਾਸ਼ਟਰੀ ਗੌਰਵ ਦੀ ਭਾਵਨਾ ਜਾਗਰੂਕ ਕਰਨ ਦਾ ਯਤਨ ਕੀਤਾ। ਇਸ ਨੇ ਅਕਾਲ ਦੌਰਾਨ ਰਾਹਤ ਕਾਰਜ ਵੀ ਚਲਾਏ। ਸਬਾ ਨੇ ਸਵਦੇਸ਼ੀ ਨੂੰ ਉਤਸ਼ਾਹਿਤ ਕੀਤਾ ਤੇ 1877 ਵਿੱਚ ਆਪਣੇ ਮੈਂਬਰ ਗਣੇਸ਼ ਵਾਸੂਦੇਵ ਜੋਸ਼ੀ ਨੂੰ ਹੱਥ ਨਾਲ ਬੁਣੇ ਖਾਦੀ ਕੱਪੜਿਆਂ ਨੂੰ ਦਿੱਲੀ ਦੇ ਬਾਹਰ ਭੇਜਿਆ। ਦਰਬਾਰ ਵਿੱਚ ਜੋਸ਼ੀ ਨੇ ਇੱਕ ਹਵਾਲਾ ਪੜਿਆ ਜਿਸ ਵਿੱਚ ਬਰਤਾਨੀਆਂ ਦੀ ਮਹਾਰਾਣੀ ਤੋਂ ਭਾਰਤੀਆਂ ਨੂੰ ਵੀ ਬਰਤਾਨਵੀ ਨਾਗਰਿਕਾਂ ਵਾਂਗ ਸਨਮਾਨ, ਸਿਆਸੀ ਅਤੇ ਸਮਾਜਿਕ ਦਰਜਾ ਦੇਣ ਦੀ ਮੰਗ ਕੀਤੀ ਗਈ ਸੀ। 1858 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਣ ਤੱਕ ਇਸ ਸਭਾ ਨੇ ਇੱਕ ਪ੍ਰਮੁੱਖ ਸਿਆਸੀ ਸੰਗਠਨ ਦੇ ਰੂਪ ਵਿੱਚ ਸੇਵਾ ਕੀਤੀ। ਭਾਰਤੀ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ 2 April ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ। 1842 ਵਿੱਚ ਇਸੇ ਦਿਨ ਕਾਂਗਰਸ ਨੇ ਕ੍ਰਿਪਸ ਪ੍ਰਸਤਾਵ ਰੱਦ ਕਰ ਦਿੱਤਾ ਸੀ। ਦੂਜੀ ਆਲਮੀ ਜੰਗ ਵਿੱਚ ਭਾਰਤ ਦੇ ਸਹਿਯੋਗ ਸਮਰਥਨ ਵਾਸਤੇ ਸੰਵਿਧਾਨਕ ਪ੍ਰਸਤਾਵਾਂ ਦੇ ਨਾਲ 22 ਮਾਰਚ 1942 ਨੂੰ ਕ੍ਰਿਪਸ ਦੀ ਅਗਵਾਈ ਵਿੱਚ ਇੱਕ ਮਿਸ਼ਨ ਭਾਰਤ ਭੇਜਿਆ ਗਿਆ ਸੀ ਦੱਖਣ ਪੂਰਬ ਏਸ਼ੀਆ ਵਿੱਚ ਬਰਤਾਨੀਆਂ ਦੀ ਹਾਰ ਕਾਰਨ ਭਾਰਤ ਉੱਪਰ ਜਾਪਾਨ ਦੇ ਹਮਲੇ ਦੀ ਧਮਕੀ ਹੁਣ ਹਕੀਕਤ ਵਿੱਚ ਬਦਲਦੀ ਨਜ਼ਰ ਆ ਰਹੀ ਸੀ ਤੇ ਅਜਿਹੇ ਵਿੱਚ ਭਾਰਤ ਦਾ ਸਮਰਥਨ ਮਹੱਤਵਪੂਰਨ ਹੋ ਗਿਆ ਸੀ ਮਿੱਤਰ ਰਾਸ਼ਟਰਾਂ ਵੱਲੋਂ ਵੀ ਬਰਤਾਨੀਆਂ ਉੱਪਰ ਦਬਾਅ ਸੀ ਕਿ ਉਹ ਭਾਰਤ ਦਾ ਸਮਰਥਨ ਹਾਸਲ ਕਰੇ ਭਾਰਤੀ ਰਾਸ਼ਟਰਵਾਦੀ ਨੇਤਾ ਇੱਕ ਸ਼ਰਤ ਉੱਤੇ ਬਰਤਾਨੀਆਂ ਨੂੰ ਸਮਰਥਨ ਲਈ ਤਿਆਰ ਸਨ ਕਿ ਸੱਤਾ ਤੁਰੰਤ ਟਰਾਂਸਫਰ ਕਰ ਦਿੱਤੀ ਜਾਵੇ ਅਤੇ ਦੂਜੇ ਆਲਮੀ ਯੁੱਧ ਦੀ ਸਮਾਪਤੀ ਮਗਰੋਂ ਪੂਰਨ ਆਜ਼ਾਦੀ ਪ੍ਰਦਾਨ ਕਰ ਦਿੱਤੀ ਜਾਵੇ ਕੈਬਨਟ ਮਿਸ਼ਨ ਦੇ ਮੁੱਖ ਪ੍ਰਸਤਾਵ ਸਨ ਆਜ਼ਾਦ ਬਸਤੀਵਾਦ ਦੇ ਦਰਜੇ ਨਾਲ ਭਾਰਤੀ ਸੰਘ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਵਿਸ਼ਵ ਯੁੱਧ ਖਤਮ ਹੋਣ ਮਗਰੋਂ ਨਵਾਂ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦਾ ਗਠਨ ਹੋਵੇਗਾ। ਮੁਸਲਿਮ ਲੀਗ ਨੇ ਇਕਲ ਭਾਰਤੀ ਸੰਘ ਦੇ ਵਿਚਾਰ ਦੀ ਆਲੋਚਨਾ ਕੀਤੀ। ਕਾਂਗਰਸ ਨੇ ਪੂਰਨ ਆਜ਼ਾਦੀ ਦੇ ਪ੍ਰਵਧਾਨ ਦੇ ਬਦਲੇ ਸੁਤੰਤਰ ਬਸਤੀਵਾਦ ਦੇ ਪ੍ਰਸਤਾਵ ਉੱਪਰ ਇਤਰਾਜ਼ ਕੀਤਾ। ਰਾਸ਼ਟਰਵਾਦੀ ਨੇਤਾਵਾਂ ਨੇ ਵੀ ਪ੍ਰਾਂਤਾਂ ਦੇ ਵੱਖਰੇ ਹੋਣ ਦੇ ਵਿਚਾਰ ਨੂੰ ਖਾਰਜ ਕਰ ਦਿੱਤਾ। ਕਿਉਂਕਿ ਰਾਸ਼ਟਰੀ ਇਕਤਾ ਦੇ ਸਿਧਾਂਤ ਖਿਲਾਫ ਹੁੰਦਾ ਹੋਰਨਾ ਸਮੂਹਾ ਨੇ ਵੀ ਪ੍ਰਾਂਤਾਂ ਦੇ ਵੱਖ ਹੋ ਸਕਣ ਦੇ ਅਧਿਕਾਰ ਉੱਪਰ ਇਤਰਾਜ਼ ਕੀਤਾ ਗੱਲਬਾਤ ਵਿੱਚ ਆਏ ਇਸ ਰੇੜਕੇ ਨੇ ਭਾਰਤ ਛੱਡੋ ਅੰਦੋਲਨ ਨੂੰ ਜਨਮ ਦਿੱਤਾ ਜੋ ਭਾਰਤ ਵਿੱਚ ਬ੍ਰਿਟਾਨਵੀ ਸਮਰਾਜ ਦੇ ਤਾਬੂਤ ਵਿੱਚ ਆਖਰੀ ਕਿਲ ਸਾਬਤ ਹੋਇਆ